ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਇੱਕ ਪੈਲਸ 'ਚ ਕੰਮ ਕਰਦੇ ਦੋ ਵਿਅਕਤੀਆਂ ਦੀ ਅੰਗੀਠੀ ਦੀ ਗੈਸ ਚੜ੍ਹਨ ਕਰਕੇ ਮੌਤ ਹੋਈ ਹੈ, ਜਿਨ੍ਹਾਂ ਨੇ ਠੰਡ ਤੋਂ ਬਚਣ ਦੇ ਲਈ ਰਾਤ ਨੂੰ ਸੌਣ ਸਮੇਂ ਕਮਰੇ ਦੇ ਵਿੱਚ ਅੰਗੀਠੀ ਬਾਲੀ ਹੋਈ ਸੀ। ਅੰਗੀਠੀ ਦੀ ਗੈਸ ਕਰਕੇ ਦਮ ਘੁੱਟਣ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਹੈ, ਜਿਨ੍ਹਾਂ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਲਈ ਰੱਖਿਆ ਗਿਆ। ਇਸ ਸਾਰੀ ਘਟਨਾ ਸੰਬੰਧੀ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ SHO ਸੁਖਜਿੰਦਰ ਸਿੰਘ ਖਹਿਰਾ ਨੇ ਹੋਰ ਜਾਣਕਾਰੀ ਦਿੱਤੀ। ਜਿਸਕੀ ਮ੍ਰਿਤਿਉ ਹੋਈ ਕਿਆ ਲਗਤੇ ਥੇ ਆਪਕੇ? ਅੱਛਾ, ਕੈਸੇ ਹੋਈ ਮ੍ਰਿਤਿਉ ਉਨਕੀ? ਗਰਮੀ ਸੂਚਿਤ ਕਰਦੀ ਹੈ। ਸਾਨੂੰ ਅੱਜ ਸੁਬਹਾ ਇਨਫੋਰਮੇਸ਼ਨ ਮਿਲੀ ਸੀ ਕਿ ਰਜਨੀਸ਼ ਦਾ ਪੈਲਸ ਆ ਨੇਪਾਲ ਰੋਡ ਦੇ ਉੱਤੇ, ਉੱਥੇ ਦੋ ਲੇਬਰਡ ਪੀਪਲ ਨੇ, ਇੱਕ ਬਾਜੂ ਇੱਕ ਹਰਜਿੰਦਰ ਹੈ। ਬਾਜੂ ਜਿਹੜਾ ਉਹ ਪ੍ਰਵਾਸੀ ਲੇਬਰ ਲਈ ਇੱਥੇ ਆਇਆ ਸੀਗਾ ਬਿਹਾਰ ਦਾ, ਇੱਕ ਜਿਹੜਾ ਰਾਏ ਦਾ ਦੂਦਾ ਆ। ਉਹਨਾਂ ਨੇ ਕੋਲੇ ਵਾਲੀ ਅੰਗੀਠੀ ਜਿਹੜੀ ਸੀ ਅੰਦਰ ਬਾਈ ਸੀ ਅੰਦਰ ਚਲਾ ਕੇ ਅਤੇ ਰਾਤ ਸੁੱਤੇ ਰਹੇ ਨੇ, ਅਤੇ ਰਾਤ ਉਹ ਗੈਸ ਪੈਦਾ ਹੋਣ ਕਾਰਨ ਮੋਨੀਆ ਗੈਸ ਪੈਦਾ ਹੋਣ ਨਾਲ ਉਹਨਾਂ ਦੀ ਚਾਹ ਜਿਹੜੀ ਆ ਡੈਥ ਹੋ ਗਈ ਹੈ। ਉਹ ਸੀ 1174 CRPC ਤਹਿਤ ਅਸੀਂ ਕਾਰਵਾਈ ਕਰ ਰਹੇ ਹਾਂ। ਉਹਨਾਂ ਦਾ ਪਰਿਵਾਰ ਜਿਹੜਾ ਪਹੁੰਚ ਗਿਆ ਆ, ਉਹਨਾਂ ਦੇ ਮੁਤਾਬਕ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ। ਹਾਂ, ਪੋਸਟਮਾਰਟਮ ਕਰਵਾਇਆ ਜਾਏਗਾ, ਉਹ ਤਾਂ ਨੈਸੈਸਰੀ ਹੈ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੇ ਨਾਲ ਅਜਨਾਲਾ ਤੋਂ ਅਜੇ ਸ਼ਰਮਾ ਦੀ ਰਿਪੋਰਟ, ਪੰਜਾਬ ਟੂਡੇ।